ਤੇਜ਼ ਮੀਂਹ ਅਤੇ ਤੂਫਾਨ ਦੇ ਚੱਲਦੇ ਡਾਕ ਘਰ ਦੀ ਛੱਤ ਡਿੱਗੀ। ਕਰਮਚਾਰੀ ਵਾਲ ਵਾਲ ਬਚੇ। ਫਾਜ਼ਿਲਕਾ ਅੱਜ ਡਾਕਖਾਨੇ ਦੀ ਕਮਜ਼ੋਰ ਹੋਈ ਛੱਤ ਡਿੱਗ ਗਈ, ਜਿਸਦੇ ਚੱਲਦੇ ਇੱਥੇ ਕੰਮ ਕਰ ਰਿਹਾ ਸਟਾਫ ਵਾਲ ਵਾਲ ਬਚ ਗਿਆ ਅਤੇ ਪੂਰੇ ਸਟਾਫ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਛੱਤ ਡਿੱਗਣ ਨਾਲ ਕਾਫ਼ੀ ਨੁਕਸਾਨ ਹੋ ਗਿਆ ਹੈ। ਫਾਜ਼ਿਲਕਾ ਦਾ ਡਾਕਖਾਨਾ ਬੇਹੱਦ ਪੁਰਾਣੀ ਬਿਲਡਿੰਗ ਵਿੱਚ ਚੱਲ ਰਿਹਾ ਹੈ। ਡਾਕਖਾਨੇ ਦੇ ਸਟਾਫ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੂਰੇ ਪੋਸਟ ਆਫਿਸ ਦੀ ਛੱਤ ਦੁਬਾਰਾ ਬਣਾਈ ਜਾਵੇ ਤਾਂ ਕਿ ਡਰ ਦੇ ਸਾਏ ਵਿੱਚ ਜੀ ਰਹੇ ਕਰਮਚਾਰੀ ਆਪਣਾ ਕੰਮ ਕਰ ਸਕਣ। ਮੇਰਾ ਨਾਮ ਉਮੇਸ਼ ਕੁਮਾਰ ਹੈ ਜੀ, ਮੈਂ ਇੱਥੇ ਐਜ਼ ਏ ਕਲਰਕ ਕੰਮ ਕਰ ਰਿਹਾ ਜੀ। ਅਤੇ ਜਸ ਸਾਡੇ ਇੱਥੇ ਪੋਸਟਮਾਨ ਸਾਹਿਬ ਖੜ੍ਹੇ ਸੀ, ਨਾਲ ਹੀ ਇੱਕ ਸਾਡੇ ਮੈਡਮ ਖੜ੍ਹੇ ਸੀ, ਇੱਕ ਸਾਡੇ ਐਮ ਟੀ ਐਸ ਪੂਨਾ ਮੈਡਮ ਖੜ੍ਹੇ ਸੀ, ਜਿਹੜੇ ਕਿ ਆਪਣੀ ਇੱਥੇ ਸੀਟ ਦੇ ਇੱਥੇ ਬੈਠ ਕੇ ਕੰਮ ਕਰ ਰਿਹਾ ਸੀ। ਅਚਾਨਕ ਹੀ ਉੱਪਰੋਂ ਅਤੇ ਸਾਡੇ ਪੋਸਟਮਾਨ ਸਾਹਿਬ ਇੱਥੇ ਡਾਕ ਚੈੱਕ ਕਰ ਰਿਹਾ ਸੀ ਅਤੇ ਛੱਤ ਉੱਪਰੋਂ ਡਿੱਗੀ ਅਤੇ ਸਾਡੇ ਪੋਸਟਮਾਨ ਸਾਹਿਬ ਅਤੇ ਪੂਨਾ ਮੈਡਮ ਮਸੀਹ ਬਚੇ, ਵਾਲ ਵਾਲ ਬਚੇ। ਜਸ ਮੈਂ ਵੀ 5 ਮਿੰਟ ਪਹਿਲਾਂ ਹੀ ਇੱਥੇ ਆਇਆ ਸੀ ਕੁਛ ਸਮਾਨ ਲੈਣ, ਔਰ ਰੱਬ ਦਾ ਸ਼ੁਕਰ ਹੈ ਕਿ ਮੇਰੀ ਵੀ ਬੱਚਤ ਹੋ ਗਈ ਅਤੇ ਬਾਕੀ ਸਟਾਫ ਦੀ ਬੱਚਤ ਹੋ ਗਈ। ਪਰ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ, ਛੱਤ ਦਾ ਬਹੁਤ ਬੁਰਾ ਹਾਲ ਹੈ, ਸਾਈਡ 'ਤੇ ਵੀ ਇਹ ਕਿਸੇ ਪਲ ਵੀ ਕਿਸੇ ਟਾਈਮ ਵੀ ਡਿੱਗ ਸਕਦੀ ਹੈ ਜੀ।